श्री गुरु रविदास जी महाराज के 647वें प्रकाश पर्व के उपलक्ष्य में सतगुरु रविदास धाम बूटा मंडी जालंधर में से विशाल शोभा यात्रा निकाली गई, जिसमें पूर्व मुख्यमंत्री पंजाब चरणजीत सिंह चन्नी, चेयरपर्सन राजविंदर कौर थ्याड़ा, सांसद सुशील कुमार रिंकू, अकाली नेता पवन कुमार टीनू, कांग्रेसी नेत्री करमजीत कौर चौधरी, पूर्व सीपीएस केडी भंडारी, युवा भाजपा नेता रॉबिन सांपला ने विशेष रूप से उपस्थित होकर माथा टेक आशीर्वाद प्राप्त किया। ये शोभा यात्रा सतगुरु रविदास धाम से शुरू होकर शहर के अलग अलग इलाकों की परिक्रमा कर देर रात वापस सतगुरु रविदास धाम में आकर सम्पन्न हुई। इस मौके पर सुंदर झांकियां भी सजाई गई, तो वहीं संगत ने जगह जगह पुष्प वर्षा कर, लंगर लगाकर और शोभा यात्रा में शामिल गणमान्य व्यक्तियों को सम्मानित कर भव्य स्वागत किया। इस मौके पर सेठ सतपाल मल, भगवान वाल्मीकि आश्रम शक्तिनगर के प्रधान विपन सब्रवाल, जतेंद्र निक्का सहित असंख्य भक्तजन मौजूद रहे। जालंधर से हलचल के लिए कैमरामैन राजवीर के साथ पंकज शर्मा की रिपोर्ट। ਮੈਂ ਸਿਰ ਸਤਪਾਲ ਜਿਵੇਂ ਸ਼੍ਰੀ ਗੁਰਦਾਸ ਜੀ ਕੋਈ ਟਰੱਸਟ ਬੂਟਾ ਮੰਡੀ ਵੱਲੋਂ ਸੂ ਸਤਿਗੁਰ ਰਾਜ ਨਾਮ ਲੈ ਸੰਤਾਂ ਨੂੰ ਰੱਖ ਲੈ ਮੁਬਾਰਕਬਾਦ ਦਿੰਦਾ। ਅਸੀਂ ਅੱਜ ਸ਼੍ਰੀ ਗੁਰਦਾਸ ਬਾਬਾ ਦੀ ਸ਼ੋਭਾ ਯਾਤਰਾ ਲੈ ਕੇ ਸ਼ਹਿਰ ਦੇ ਵੱਖ ਵੱਖ ਘੁੰਮਦੇ ਹੋਏ ਸ਼ਾਮ 7-8 ਵਜੇ ਇੱਥੇ ਸਮਾਪਤ ਕੀਤੀ ਜਾਊਗੀ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ 647ਵੇਂ ਪ੍ਰਕਾਸ਼ ਪੁਰਬ ਦੀ ਮੈਂ ਪੂਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ। ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਸੰਗਤਾਂ ਵੱਸਦੀਆਂ, ਮੈਂ ਉਹਨਾਂ ਨੂੰ ਸਾਰਿਆਂ ਨੂੰ ਅੱਜ ਦੇ ਦਿਨ 'ਤੇ ਬਹੁਤ ਜਿਹੜਾ ਖੁਸ਼ੀਆਂ ਭਰਿਆ ਦਿਨ ਆ ਅੱਜ ਇਸ ਦਿਨ ਦੀ, ਮੈਂ ਪੂਰੀ ਬੂਟਾ ਮੰਡੀ ਦੀ ਸਾਧ ਸੰਗਤ ਨੂੰ, ਪੂਰੇ ਪ੍ਰਧਾਨ ਸਾਹਿਬ, ਜਿਹੜੀ ਪੂਰੀ ਕਮੇਟੀ ਆ, ਜਿੰਨੇ ਵੀ ਕਮੇਟੀ ਦੇ ਮੈਂਬਰ ਨੇ, ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ। ਜੋ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ, ਮੈਂ ਇਹ ਅਰਦਾਸ ਵੀ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਮਿਹਰ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ, ਅਸੀਂ ਉਸ ਬਾਣੀ ਦੇ ਉਪਦੇਸ਼ 'ਤੇ ਚੱਲ ਸਕੀਏ। ਮੈਂ ਪੂਰੀ ਸਾਧ ਸੰਗਤ ਨੂੰ ਇਹ ਬੇਨਤੀ ਵੀ ਕਰਦੀ ਹਾਂ ਕਿ ਜੋ ਉਪਦੇਸ਼ ਉਹਨਾਂ ਨੇ ਬਾਣੀ ਦੇ ਰਾਹੀਂ ਸਾਨੂੰ ਦਿੱਤਾ, ਸਾਨੂੰ ਉਸ ਉਪਦੇਸ਼ 'ਤੇ, ਉਹਨਾਂ ਦੇ ਰਾਹ 'ਤੇ ਸਾਨੂੰ ਚੱਲਣਾ ਚਾਹੀਦਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਗੁਰੂ ਰਵਿਦਾਸ ਧਾਮ ਤੋਂ ਕੱਢੀ ਜਾ ਰਹੀ ਹੈ, ਜਿੱਥੇ ਬਾਬਾ ਹੈਨਰੀ ਵਿਧਾਇਕ ਹੈ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਹੋਏ ਨੇ, ਗੱਲਬਾਤ ਕਰ ਲੈਣ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ, ਇੱਥੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੁਨੀਆ ਦੇ ਵਿੱਚ ਵੱਸਦੇ ਹੋਏ ਸਮੁੱਚੇ ਸਮਾਜ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਵਾਂਗ ਦੇਸ਼ ਦੁਨੀਆ ਦੇ ਵਿੱਚ ਜਲੰਧਰ ਦੇ ਵਿੱਚ ਸਭ ਤੋਂ ਪ੍ਰਸਿੱਧ ਸ਼ੋਭਾ ਯਾਤਰਾ ਦੇ ਵਿੱਚ ਅੱਜ ਦੁਨੀਆ ਤੋਂ ਵੱਖ ਵੱਖ ਥਾਵਾਂ ਤੋਂ ਆਏ, ਹਿੰਦੁਸਤਾਨ ਦੇ ਵੱਖ ਵੱਖ ਥਾਵਾਂ ਤੋਂ ਆਏ ਲੋਕਾਂ ਦਾ ਜੀ ਆਇਆਂ ਆਖਦਾ
ਪਰਮ ਪਿਤਾ ਪਰਮਾਤਮਾ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਸਮੁੱਚੇ ਸਮਾਜ 'ਤੇ ਆਪਣਾ ਆਸ਼ੀਰਵਾਦ ਰੱਖਣ, ਬੱਚਿਆਂ ਨੂੰ ਨੇਕ ਬੱਚੇ ਅਤੇ ਲੰਬੀ ਉਮਰਾਂ ਬਖਸ਼ਣ, ਅੱਛੀ ਵਿੱਦਿਆ ਬਖਸ਼ਣ ਅਤੇ ਬਜ਼ੁਰਗਾਂ ਨੂੰ ਲੰਬੀ ਉਮਰਾਂ ਬਖਸ਼ ਕੇ ਉਹਨਾਂ ਦੇ ਸੰਸਕਾਰ ਸਾਡੇ ਸਮਾਜ ਦੇ ਵਿੱਚ ਆਉਣ। ਜੀ ਵਿਧਾਇਕ ਬਾਬਾ ਹੈ ਨੀ ਜਿਨ੍ਹਾਂ ਨੇ ਅੱਜ ਦੇ ਦਿਹਾੜੇ 'ਤੇ ਸੰਗਤ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸ਼੍ਰੀ ਗੁਰੂ ਅਰਦਾਸ ਮਹਾਰਾਜ ਦੀ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਜਲੰਧਰ 'ਚ ਕੱਢੀ ਜਾ ਰਹੀ ਆ। ਦੇਸ਼ਾਂ ਵਿਦੇਸ਼ਾਂ 'ਚੋਂ ਸੰਗਤਾਂ ਆਈਆਂ ਇੱਥੇ ਅੱਜ, ਅਤੇ ਮੈਂ ਆਪਣੇ ਵੱਲੋਂ ਔਰ ਸਾਰਿਆਂ ਵੱਲੋਂ ਸਾਰੇ ਦੇਸ਼ ਵਿੱਚ ਵਿਦੇਸ਼ਾਂ ਵਿੱਚ ਬੈਠੇ ਭਰਾਵਾਂ ਭੈਣਾਂ ਨੂੰ ਵਧਾਈ ਦਿੰਦਾ। ਔਰ ਗੁਰੂ ਮਹਾਰਾਜ ਦਾ ਫਰਮਾਨ ਹੈ, ਸਾਧ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਮ ਮਖੀਰਾ, ਇੱਦਾਂ ਹੀ ਇਨਸਾਨੀਅਤ ਜਿਹੜੀ ਆ, ਭਾਈਚਾਰਾ ਆਪਸ 'ਚ ਇਕੱਠਾ ਰਹੇ, ਮਿਠਾਸ ਪੈਦਾ ਕਰੇ, ਚੰਗਿਆਈ ਪੈਦਾ ਕਰੇ, ਭਾਈਚਾਰਕ ਸਾਂਝ ਪੈਦਾ ਕਰੇ, ਐਸਾ ਅਸੀਂ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ 'ਚ ਕਰਦੇ। ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਗੁਰੂ ਰਵਿਦਾਸ ਧਾਮ ਜਲੰਧਰ 'ਚੋਂ ਕੱਢੀ ਜਾ ਰਹੀ ਹੈ। ਇਸੀ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਗੌਰਵ ਮਹੇ। ਗੌਰਵ ਮਹੇ ਜੀ, ਅੱਜ ਬੜਾ ਖੁਸ਼ੀਆਂ ਦਾ ਦਿਹਾੜਾ ਹੈ, ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਜਾਣਾ, ਉਸ ਤੋਂ ਲੈ ਕੇ ਵਿਸ਼ਾਲ ਸ਼ੋਭਾ ਯਾਤਰਾ ਜਿਹੜਾ ਜਨਮ ਦਿਨ ਦਿਹਾੜੇ ਨੂੰ ਮਨਾਈ ਸਮਰਪਿਤ ਕੀਤੀ ਗਈ। ਅੱਜ ਸਾਡੇ ਮਹਾਨ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜੇ ਦੇ ਮੌਕੇ 'ਤੇ ਰਵਿਦਾਸ ਧਾਮ ਬੂਟਾ ਮੰਡੀ ਵੱਲੋਂ ਬੜੀ ਸੁੰਦਰ ਪਾਲਕੀਆਂ ਸਜਾਈਆਂ ਗਈਆਂ, ਝਾਕੀ ਸਜਾਈ ਗਈ ਹੈ। ਸਾਡੇ ਪੂਰੇ ਸਮਾਜ ਦੇ ਵਿੱਚ ਇਹ ਬੂਟਾ ਮੰਡੀ ਬਹੁਤ ਪੁਰਾਣੇ ਅਰਸਿਆਂ ਤੋਂ ਗੁਰੂ ਰਵਿਦਾਸ ਮਹਾਰਾਜ ਦੀ ਸ਼ੋਭਾ ਯਾਤਰਾ 'ਤੇ ਝਾਕੀਆਂ ਕੱਢਦੀ ਹੈ, ਔਰ ਪੂਰੇ ਸ਼ਹਿਰ ਦੇ ਵਿੱਚ ਜੋ ਕਿ ਸਾਡਾ ਇੱਕ ਰੂਟ ਸੈੱਟ ਹੈ, ਉਹ ਪੂਰੇ ਸ਼ਹਿਰ 'ਚ ਝਾਕੀ ਸੱਜ ਕੇ ਪੂਰੇ ਰਵਿਦਾਸ ਮਹਾਰਾਜ ਦੇ ਨਾਮ ਲੇਵਾ ਸਾਨੂੰ ਉੱਥੇ ਪੂਰੇ ਸਹਿਯੋਗ ਦਿੰਦੇ ਨੇ। ਰਸਤੇ ਦੇ ਵਿੱਚ ਲੰਗਰ ਲਗਾਏ ਜਾਂਦੇ ਨੇ, ਔਰ ਇਹੀ ਨਹੀਂ, ਸਾਡੇ ਮਹਾਰਾਜ ਨਿਰੰਜਨ ਸਿੰਘ ਜੀ ਜਿਹੜੇ ਬਨਾਰਸ ਟ੍ਰੇਨ ਲੈ ਕੇ ਗਏ ਆ, ਇਸ ਟਾਈਮ ਲੱਖਾਂ ਦੀ ਤਾਦਾਦ ਦੇ ਵਿੱਚ ਬਨਾਰਸ ਵੀ ਲੋਕ ਗਏ ਆ, ਸਿਰ ਝੁਕਾਉਣ, ਸ਼ੀਸ਼ ਝੁਕਾਉਣ ਰਵਿਦਾਸ ਮਹਾਰਾਜ ਦੇ ਨਾਮ ਲੇਵਾ ਨੂੰ। ਜਿੰਨੇ ਵੀ ਵਿਸ਼ਵ 'ਚ ਬੈਠੇ ਮੇਰੇ ਸਮੂਹ ਪਰਿਵਾਰ ਵੱਲੋਂ, ਮਹੇ ਪਰਿਵਾਰ ਵੱਲੋਂ, ਸੁਰਿੰਦਰ ਮਹੇ ਸਰਗਵਾਸੀ ਸਾਬਕਾ ਮੇਅਰ ਜਿਹੜੇ ਮੇਰੇ ਪਿਤਾ ਜੀ ਨੇ, ਉਹਨਾਂ ਵੱਲੋਂ, ਮੇਰੇ ਪਰਿਵਾਰ ਵੱਲੋਂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ 'ਤੇ ਸਾਰਿਆਂ ਨੂੰ ਕੋਟਨ ਕੋਟਨ ਧੰਨਵਾਦ, ਲੱਖ ਲੱਖ ਵਧਾਈ। ਮਹਾਰਾਜ ਸਾਰਿਆਂ 'ਤੇ ਇੱਦਾਂ ਕਿਰਪਾ ਬਣਾਈ ਰੱਖੇ, ਔਰ ਆਉਣ ਵਾਲਾ ਸਮੇਂ ਖੁਸ਼ੀਆਂ ਵਾਲਾ ਸਾਰਿਆਂ ਲਈ ਹੋਵੇ। ਜੈ ਗੁਰਦੇਵ, ਧੰਨ ਗੁਰਦੇਵ। ਜੀ ਗੌਰਵ ਮਹੇ, ਤੁਸੀਂ ਦੇਖ ਸਕਦੇ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਜਲੰਧਰ 'ਚੋਂ ਕੱਢੀ ਜਾ ਰਹੀ ਹੈ। ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਦੇ ਆਗੂ ਇੱਥੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਹੋਏ ਨੇ। ਤਸਵੀਰਾਂ ਇੱਕ ਵਾਰੀ ਫੇਰ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ। ਗੁਰੂ ਰਵਿਦਾਸ ਧਾਮ ਤੋਂ ਜਿਹੜੀ ਹੈ ਸ਼ੋਭਾ ਯਾਤਰਾ ਸ਼ੁਰੂ ਹੋਈ ਹੈ, ਅਲੱਗ ਅਲੱਗ ਜਗ੍ਹਾ ਤੋਂ ਹੁੰਦੀ ਹੋਈ ਇਹ ਸ਼ੋਭਾ ਯਾਤਰਾ ਜਿਹੜੀ ਹੈ ਗੁਰੂ ਰਵਿਦਾਸ ਧਾਮ ਦੇ ਵਿੱਚ ਸਮਾਪਤ ਹੋਏਗੀ। ਰੋਬਿਨ ਸਾਂਪਲਾ ਵੀ ਇੱਥੇ ਪਹੁੰਚੇ ਹੋਏ ਨੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ। ਰੋਬਿਨ ਸਾਂਪਲਾ ਜੀ, ਅੱਜ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ। ਏਸ਼ੀਆ ਦੀ ਸਭ ਤੋਂ ਵੱਡੀ ਗੁਰੂ ਰਵਿਦਾਸ ਸ਼ੋਭਾ ਯਾਤਰਾ ਸਾਨੂੰ ਹਰ ਵਾਰ ਦੀ ਤਰ੍ਹਾਂ ਇੱਥੇ ਪਹੁੰਚ ਕੇ ਬੜੇ ਸੁਭਾਗਯ ਪਾਤਸ਼ਾਹੀ ਅਸੀਂ ਆਪਣਾ ਨੂੰ ਮੰਨਦੇ ਹਾਂ ਕਿ ਇਹੋ ਜਿਹੇ ਰਹਿਬਰਾਂ ਦੀ ਜਿਨ੍ਹਾਂ ਨੇ ਗੁਰਬਾਣੀ 'ਚ ਇਹੋ ਜਿਹੇ ਸੰਦੇਸ਼ ਦਿੱਤੇ ਕਿ ਜਿਨ੍ਹਾਂ ਦੇ ਅਸੀਂ ਪਿੱਛੇ ਲੱਗ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ। ਮੈਂ ਤੁਹਾਡੇ ਦੈਨਿਕ ਸੇਵਾ ਦੇ ਮਾਧਿਅਮ ਤੋਂ ਵਿਸ਼ਵ 'ਚ ਵਸਦੇ ਹੋਏ ਸਾਰੇ ਹੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ, ਔਰ ਮੈਂ ਤੁਹਾਡੇ ਚੈਨਲ ਤੋਂ ਤਕੀਦ ਵੀ ਕਰ ਰਿਹਾ ਕਿ ਤੁਸੀਂ ਲਾਈਵ ਵੀ ਦੇਖ ਰਹੇ ਹੋ। ਤੁਸੀਂ ਅੱਜ ਇਸ ਸ਼ੋਭਾ ਯਾਤਰਾ ਵਿੱਚ ਆ ਕੇ ਆਪਣੀਆਂ ਝੋਲੀਆਂ ਭਰ ਕੇ ਜਾਓ, ਇਸ ਮੇਲੇ ਦਾ ਆਨੰਦ ਮਾਣੋ,
ਔਰ ਤੁਸੀਂ ਸੁਭਾਗਿਆਸ਼ਾਲੀ ਹੋ ਕਿ ਤੁਹਾਨੂੰ ਇਸ ਮੇਲਾ ਦੇਖਣ ਦਾ ਸੁਭਾਗਿਆ ਪ੍ਰਾਪਤ ਹੋਇਆ। ਸਾਰੇ ਸੰਗਤਾਂ ਨੂੰ, ਦੇਸ਼ਾਂ ਵਿਦੇਸ਼ ਵਾਸਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਹਿੰਦ, ਜੈ ਗੁਰਦੇਵ, ਜੈ ਭਾਰਤ। ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪਰਬ ਨੂੰ ਲੈ ਕੇ ਜਿਹੜੀ ਅੱਜ ਸ਼ੋਭਾ ਯਾਤਰਾ ਕੱਢੀ ਗਈ ਹੈ। ਸੰਤ ਮਹਾਂਪੁਰਸ਼ ਵੀ ਪਹੁੰਚੇ ਨੇ, ਗੁਰੂ ਮਹਾਰਾਜ ਦਾ ਆਸ਼ੀਰਵਾਦ ਔਰ ਸੰਗਤ ਨੂੰ ਵਧਾਈ ਦੇਣ। ਗੁਰੂ ਮਹਾਰਾਜ ਜੀ ਦਾ ਅੱਜ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਤੁਸੀਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਔਰ ਸੰਗਤ ਨੂੰ ਵਧਾਈ ਦੇਣ ਲਈ ਪਹੁੰਚੇ। ਬਹੁਤ ਬਹੁਤ ਧੰਨਵਾਦ। ਅਸੀਂ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਸਾਰੇ ਵਿਸ਼ਵ ਭਰ ਪਹੁੰਚਾ ਰਹੇ ਹਨ। ਅੱਜ ਗੁਰੂ ਪਾਤਸ਼ਾਹ ਜੀ ਦੇ ਆਗਮਨ ਗੁਰਪੁਰਬ, ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਆਗਮਨ ਗੁਰਪੁਰਬ ਸਾਰੇ ਵਿਸ਼ਵ ਭਰ ਵਿੱਚ ਸੰਗਤਾਂ ਮਨਾ ਰਹੀਆਂ। ਅੱਜ ਜਲੰਧਰ ਦੇ ਵਿੱਚ ਵੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸ਼ੋਭਾ ਯਾਤਰਾ ਚੱਲ ਰਹੀ ਆ। ਤੋ ਮਹਾਰਾਜ ਦੇ ਬਚਨਾਂ ਅਨੁਸਾਰ ਸਗਲ ਭਵਨ ਕੇ ਨਾਇਕਾ ਇਕਸ਼ਿਨ ਦਰਸ ਦਿਖਾਏ ਜੀ। ਤੋ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਆ, ਜੈਸਾ ਰੰਗ ਕੁਸੰਭਗਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਤੋ ਆਪਾਂ ਗੁਰੂ ਰਵਿਦਾਸ ਮਹਾਰਾਜ ਨੇ ਜੋ ਸਾਨੂੰ ਰੰਗ ਦਿਖਾਇਆ ਉਸ ਰੰਗ ਦੇ ਵਿੱਚ ਰੰਗ ਹੋਣਾ, ਕਿਉਂਕਿ ਭਗਤੀ ਰੰਗ ਜੋ ਹੈ ਸਭ ਤੋਂ ਉੱਤਮ ਹੈ। ਤੋ ਮਹਾਰਾਜ ਨੇ, ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਰ ਸਵਾਰਤਾ। ਗੁਰੂ ਪਾਤਸ਼ਾਹ ਉਹਨਾਂ ਦੇ ਕਾਰਜ ਸਵਾਰਦੇ ਆ ਜੋ ਮਹਾਰਾਜ ਦੀ ਭਗਤੀ ਕਰਦੇ ਆ, ਨਾਮ ਜਪਦੇ ਆ, ਨਸ਼ਾ ਰਹਿਤ। ਔਰ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪੁਰਾਣੀ ਖਾਏ, ਵਰਤ ਨੇਮ ਰਸਾਤਲ ਕੀ ਸਭ ਰਸਾਤਲ ਜਾਏ। ਤੋ ਗੁਰੂ ਪਾਤਸ਼ਾਹ ਜੀ ਨੇ ਨਸ਼ੇ ਦਾ ਵਰਜਿਤ ਕੀਤਾ ਔਰ ਗੁਰੂ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਨੂੰ ਉੱਚਾ ਸੁੱਚਾ ਕਰਨਾ। ਅੱਜ ਸ਼ੋਭਾ ਯਾਤਰਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਲੰਧਰ ਤੋਂ ਦੈਨਿਕ ਸਵੇਰਾ ਜੋ ਹੈ ਸਾਰੀ ਸੰਗਤ ਨੂੰ ਦਿਖਾ ਰਿਹਾ। ਅਸੀਂ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ, ਔਰ ਗੁਰੂ ਪਾਤਸ਼ਾਹ ਸਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ ਕਰੇ। ਗੁਰੂ ਮਹਾਰਾਜ ਦਾ ਜਨਮ ਦਿਹਾੜਾ ਕੱਲ੍ਹ ਭਾਰੀ ਗਿਣਤੀ ਦੇ ਸੰਗਤ ਨੇ ਮਨਾਉਣਾ, ਉੱਥੇ ਭਾਰੀ ਗਿਣਤੀ ਸੰਗਤ ਨੇ ਕਾਂਸ਼ੀ ਦੇ ਵਿੱਚ ਵੀ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾਉਣਾ।
ਕਾਂਸ਼ੀ ਦੇ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ ਇਕੱਤਰਿਤ ਹੋ ਰਹੀਆਂ ਔਰ ਸਾਰੀਆਂ ਸੰਗਤਾਂ ਔਰ ਸਾਰੀਆਂ ਸਰਕਾਰਾਂ ਸਾਰੀਆਂ ਜਥੇਬੰਦੀਆਂ ਬਨਾਰਸ ਵਿਖੇ ਗੁਰੂ ਪਾਤਸ਼ਾਹ ਜੀ ਦਾ ਸ਼ੁਭ ਆਸ਼ੀਰਵਾਦ ਪ੍ਰਦਾਨ ਕਰਨ ਵਾਸਤੇ ਬਾਈ ਰੇਲਾਂ ਔਰ ਬਾਈ ਏਅਰ ਜਿਸ ਤਰ੍ਹਾਂ ਵੀ ਕਿਸੇ ਨੂੰ ਕੋਈ ਸਾਧਨ ਮਿਲਦਾ ਉਸ ਤਰ੍ਹਾਂ ਜਾ ਕੇ ਕਾਂਸ਼ੀ ਬਨਾਰਸ ਵਿਖੇ ਵੀ ਗੁਰੂ ਪਾਤਸ਼ਾਹ ਜੀ ਦਾ ਆਗਮਨ ਕੱਲ੍ਹ ਮਨਾ ਰਹੀਆਂ ਸੰਗਤਾਂ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਇੰਨੀ ਕਿਰਪਾ ਸੰਗਤ 'ਤੇ ਕਰਕੇ ਆਪਣਾ ਗੁਰਪੁਰਬ ਮਨਾਉਣ ਦੀ ਸੋਝੀ ਬਖਸ਼ੀ ਕੀਤੀ ਆ, ਔਰ ਦੈਨਿਕ ਸਵੇਰੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਵਿਸ਼ਵ ਭਰ ਦੀਆਂ ਸੰਗਤਾਂ ਤੱਕ ਇਹ ਮੈਸੇਜ ਪਹੁੰਚਾਇਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰੀ ਟੀਮ ਦਾ ਧੰਨਵਾਦ। ਮੇਰਾ ਨੱਚੀ ਸਤਿਗੁਰ ਤਾਈ, ਅਰਥਾ ਸਤਿਗੁਰ ਹੋਏ ਸਹਾਈ। ਮੇਰਾ ਨੱਚੀ ਸਤਿਗੁਰ ਤਾਈ, ਅਰਥਾ ਸਤਿਗੁਰ ਹੋਏ ਸਹਾਈ। ਹਾਰ ਬਣਾਵੇ ਸੰਪਾ ਦਿਓ, ਹਾਰ ਬਣਾਵੇ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਲੰਧਰ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਦੇ ਵਿੱਚ ਸੰਗਤ ਨੂੰ ਮੁਬਾਰਕਬਾਦ, ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਕਿਹੜੀ ਭੰਡਾਰੀ ਪਹੁੰਚੇ ਨੇ ਬੀਜੇਪੀ ਦੇ ਸੀਨੀਅਰ ਲੀਡਰ। ਅੱਜ ਬੜਾ ਵੱਡਾ ਉਪਰਾਲਾ ਜਿਹੜਾ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਵੈ, ਔਰ ਮੈਂ ਸਾਰੀ ਸੰਗਤ ਨੂੰ ਬਹੁਤ ਹੀ ਵਧਾਈ ਦਊਂਗਾ ਔਰ ਮਹਾਰਾਜ ਅੱਗੇ ਅਰਦਾਸ ਕਰੂੰਗਾ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਅਤੇ ਮੰਗਲ ਹੋਵੇ, ਔਰ ਸਾਡਾ ਸਮਾਜਿਕ ਭਾਈਚਾਰਾ ਇਸੇ ਤਰੀਕੇ ਨਾਲ ਮਜ਼ਬੂਤ ਰਹੇ, ਐਸੇ ਮਹਾਰਾਜ ਅੱਗੇ ਮੈਂ ਪ੍ਰਾਰਥਨਾ ਕਰਦਾ। ਮੈਂ ਐਸਾ ਚਾਹੂੰ ਰਾਜ ਮੈਂ ਮਿਲੇ ਸਭੀ ਕਵਨ, ਛੋਟ ਬੜੇ ਸਮ ਬਸੇ ਰਵਿਦਾਸ ਰਹੇ ਪ੍ਰਸੰਗ। ਇਹ ਕਥਨ ਦੇ ਵਿੱਚ ਬਹੁਤ ਤਾਕਤ ਹੈਗੀ ਹੈ, ਔਰ ਅਸੀਂ ਸਾਰੇ ਇਸ ਕਥਨ ਦੇ ਉੱਪਰ ਪਾਲਣਾ ਕਰਕੇ ਆਪਣੇ ਜੀਵਨ ਨੂੰ ਅਗਾਂਹ ਵਧਾਵਾਂਗੇ ਤਾਂ ਸਾਨੂੰ ਕੋਈ ਔਕੜ ਨਹੀਂ ਆਏਗੀ। ਮੈਂ ਗੋਪਾਲ ਨਗਰ ਦੀ ਪੂਰੀ ਟੀਮ ਦਾ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ ਬਹੁਤ ਹੀ ਵਿਸ਼ਾਲ ਮੰਚ ਲਗਾ ਕੇ ਸਾਰੇ ਭਗਤਾਂ ਦਾ ਮਾਣ ਸਤਿਕਾਰ ਕਰ ਰਹੇ ਹਨ। ਸਾਰਿਆਂ ਨੂੰ ਘਰ ਫਿਰ ਬਹੁਤ ਹੀ ਮੁਬਾਰਕਬਾਦ, ਜੈ ਗੁਰਦੇਵ, ਧੰਨ ਗੁਰਦੇਵ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ, ਜੋ ਧਾਮ ਤੋਂ ਉਹਦੇ ਪਕਸ਼ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਆਰੰਭ ਹੋਈ ਆ, ਉਸ ਸ਼ੋਭਾ ਯਾਤਰਾ 'ਚ ਪੂਰੀ ਪਰਿਕਰਮਾ ਕਰਦੇ ਹੋਏ ਸ਼ੋਭਾ ਯਾਤਰਾ ਨੂੰ ਚਾਨ ਚੰਨ ਲਗਾਉਂਦੇ ਹੋਏ ਮੇਰੇ ਅਜੀਤ ਲੱਕੀ ਜੀ, ਅਰਜੀਤ ਗੋਰਾ ਜੀ, ਔਰ ਜਤਿੰਦਰ ਨਿੱਕਾ ਜੀ, ਅਤੇ ਅਚੇਚੇ ਤੌਰ ਤੋਂ ਮਨਾਲੀ ਤੋਂ ਆਏ ਲੱਕੀ ਜੀ, ਔਰ ਸੋਨੂੰ ਬਾਬਾ ਜੀ, ਗੁਲਜ਼ਾਰ ਖੋਸਲਾ ਜੀ, ਨੇਕੀ ਜੀ, ਅਤੇ ਸਮੁੱਚੀ ਟੀਮ ਅੱਜ ਸ਼ੋਭਾ ਯਾਤਰਾ 'ਚ ਆ ਕੇ ਸ਼ੋਭਾ ਯਾਤਰਾ ਨੂੰ ਚਾਨ ਚੰਨ ਲਗਾਏ, ਅਤੇ ਮੈਂ ਅੱਜ ਦੇ ਦਿਨ 'ਤੇ ਪੂਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ, ਔਰ ਪਰਮਾਤਮਾ ਦਾ ਆਸ਼ੀਰਵਾਦ ਲੈਣਾ ਚਾਹੀਦਾ ਔਰ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ। ਇਸ ਸ਼ੋਭਾ ਯਾਤਰਾ ਦੇ ਵਿੱਚ ਹਰ ਪਾਰਟੀ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਨੇ, ਕਿਉਂਕਿ ਇਹ ਪਰਮਾਤਮਾ ਦਾ ਦਿਹਾੜਾ ਵਾ, ਇਹਦੇ 'ਚ ਕੋਈ ਪੋਲੀਟੀਕਲ ਮੰਚ ਨਹੀਂ ਆ, ਇਹ ਸਾਂਝਾ ਪਰਮਾਤਮਾ ਸਾਰੇ ਦੇ ਸਾਂਝੇ ਆ, ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਸ਼ੋਭਾ ਯਾਤਰਾ 'ਚ ਚਾਨ ਚੰਨ ਲਗਾਉਣ ਵਾਸਤੇ ਆਈ ਔਰ ਪਰਮਾਤਮਾ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਆ। ਅੱਜ ਸਮਾਂ ਮਿਲਿਆ ਜਲੰਧਰ ਦੇ ਲੋਕਾਂ ਨੇ ਮੈਨੂੰ ਪਿਆਰ ਦੇ ਨਾਲ ਮੈਂਬਰ ਪਾਰਲੀਮੈਂਟ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਿਆ, ਔਰ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਜੇ ਕਿਉਂਕਿ ਪਹਿਲੇ 5-6 ਮਹੀਨੇ 7 ਮਹੀਨੇ ਤਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਆਪਣੇ ਹਲਕੇ ਦੇ ਉੱਥੇ ਆਵਾਜ਼ ਉਠਾ ਸਕਾਂ, ਪਰ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਜਦੋਂ ਅਗਲਾ ਸੈਸ਼ਨ ਲੱਗੇਗਾ ਲੋਕ ਸਭਾ ਦਾ, ਪਹਿਲੀ ਆਵਾਜ਼ ਹੈ ਜਿਹੜੀ ਤੋਲਕਾਬਾਦ ਮੰਦਿਰ ਦੀ, ਤੁਹਾਡਾ ਛੋਟਾ ਵੀਰ ਜਾ ਕੇ ਉੱਥੇ ਲੋਕ ਸਭਾ ਦੇ ਵਿੱਚ ਉਠਾਏਗਾ। ਤਾਂ ਕਿ
ਇਸ ਸੰਘਰਸ਼ ਨੂੰ ਅਸੀਂ ਹੋਰ ਅੱਗੇ ਵਧਾ ਸਕੀਏ, ਇਹਨੂੰ ਮੰਜ਼ਿਲ ਤੱਕ ਲੈ ਕੇ ਜਾ ਸਕੀਏ, ਇਹਦੀ ਪੂਰੀ ਪਲਾਨਿੰਗ ਕਰਾਂਗੇ। ਸੋ ਅੱਜ ਦੇ ਇਸ ਸ਼ੋਭਾ ਯਾਤਰਾ ਦੇ ਵਿੱਚ ਸਮੁੱਚੀ ਸੰਗਤ ਸਾਡੇ ਆਦਰਣੀ ਸੇਠ ਸਤਪਾਲ ਜੀ, ਵਿਨੋਦ ਕੋਲ ਜੀ, ਹਰਦਿਆਲ ਬੰਗੜ ਸਾਹਿਬ, ਸਮੁੱਚੀ ਜਿਹੜੀ ਬੂਟਾ ਮੰਡੀ ਧਾਮ ਤੋਂ ਮੈਨੇਜਮੈਂਟ ਜਿੰਨੀ ਇੱਥੇ ਅੱਜ ਪਹੁੰਚੀ ਹੈ, ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਮੈਂ ਸਵਾਗਤ ਕਰਦਾ। ਔਰ ਧਾਮ ਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਬਹੁਤ ਅੱਛੀ ਸੁੰਦਰ, ਕੱਲ੍ਹ ਸਵੇਰੇ ਮੱਥਾ ਟੇਕ ਕੇ ਆਏ ਸੀ, ਉਹ ਜਿਹੜੀ ਸੁੰਦਰ ਤੁਸੀਂ ਰੈਨੋਵੇਸ਼ਨ ਕੀਤੀ ਹੈ, ਸਾਰਾ ਪੇਂਟ ਹਰ ਚੀਜ਼ ਜਿਹੜੀ ਨਵੀਂ ਲਗਾਈ ਹੈ, ਨਵਾਂ ਗੇਟ ਪਿਛਲੇ ਸਮੇਂ ਤੁਸੀਂ ਬੜਾ ਸੁੰਦਰ ਬਣਾਇਆ, ਔਰ ਖਾਸ ਕਰਕੇ ਜਿਹੜੀ ਥਾਂ ਤਰਕੋਣ ਜਿਹੜੀ ਵਿੱਚ ਆਉਂਦੀ ਸੀ, ਜਿਹੜੀ ਮੰਦਰ ਦੀ ਸੁੰਦਰਤਾ ਨੂੰ ਖਰਾਬ ਕਰਦੀ ਸੀ, ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਤੁਸੀਂ ਉਹ ਵੀ ਮੰਦਰ ਦੇ ਨਾਮ ਜਿਹੜੀ ਕਰਵਾ ਦਿੱਤੀ ਹੈ।